ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ Umeed Academy ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਅਲੱਗ-ਅਲੱਗ ਪੋਸਟਾਂ ਦਾ ਲੈ ਕੇ ਆ ਚੁੱਕੇ ਹੈ ਜਿਸ ਦੇ ਵਿੱਚ ਕਾਫੀ ਸਾਰੇ ਕੈਂਡੀਡੇਟ ਨੇ ਐਲੀਜੀਬਲ ਹੋਣਗੇ ਤੇ ਅਪਲਾਈ ਕਰ ਸਕਣਗੇ ਕਿੱਦਾਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਮੈਂ ਦੇਣ ਜਾ ਰਿਹਾ ਹਾਂ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਉਹ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਕਈ ਵੈਕੈਂਸੀਜ਼ ਜਿਹੜੀਆਂ ਨੇ ਪੰਜਾਬ ਦੇ ਕੈਂਡੀਡੇਟ ਦੇ ਲਈ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੋਂ ਜਾ ਕੇ ਚੈੱਕ ਕਰ ਸਕਦੇ ਹੋ ਜਿਹਦੇ ਲਈ ਤੁਸੀਂ ਟਾਈਪ ਕਰਨਾ ਹੈ ਜੀ ਸਿੰਪਲ meetacademy.xyz اور فرسٹ نمبر ਤੋਂ ਸਾਡੀ ویب سائٹ ਜਿਹੜੀ ਆ ਜੀ ਮਿਲ ਜਾਵੇਗੀ ਉੱਥੋਂ ਤੁਸੀਂ ਜੌਬ ریلیਟਡ ਸਾਰੇ ਹੀ ਅਪਡੇਟ ਜਿਹੜੇ ਨੇ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਵੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਇਹਦੇ ਲਈ ਅਪਲਾਈ ਕਿੱਦਾਂ ਕਰਨਾ ਹੋਏਗਾ ਆਫ ਅਪਲੀਕੇ ਇਹ ਫਾਰਮ ਜਿਹੜੇ ਤੁਸੀਂ ਦੇਖ ਪਾ ਰਹੇ ਹੋ ਇਹਦਾ ਤੁਸੀਂ ਪ੍ਰਿੰਟ ਆਊਟ ਲੈ ਲੈਣਾ ਜੀ ਆਪਣੇ A4 ਸ਼ੀਟ ਦੇ ਉੱਪਰ ਤੇ ਪ੍ਰਿੰਟ ਆਊਟ ਕਲੀਅਰ ਹੋਣਾ ਚਾਹੀਦਾ ਹੈ ਤੇ ਇਹਨੂੰ ਕੈਪੀਟਲ ਵਰਡਸ ਵਿੱਚ ਤੁਸੀਂ ਜਿਹੜਾ ਜੀ ਭਰਨਾ ਹੋਵੇਗਾ ਇਹ ਐਪਲੀਕੇਸ਼ਨ ਫਾਰਮ ਜਿਹੜਾ ਹੈ ਪੂਰਾ ਤੁਸੀਂ ਦੇਖ ਪਾ ਰਹੇ ਹੋ ਜਿਸ ਵਿੱਚ ਸਾਰੀ ਡਿਟੇਲਸ ਤੁਹਾਡੀ ਆਪਣੀ ਕੁਆਲਿਫੀਕੇਸ਼ਨਸ ਕੋ ਐਕਸਪੀਰੀਅੰਸ ਹੈ ਤੁਸੀਂ ਉਹ ਵੀ ਲਿਖ ਸਕਦੇ ਹੋ ਜੀ ਉਸ ਤੋਂ ਬਾਅਦ ਪਰਮਾਨੈਂਟ ਐਡਰੈਸ ਕੋਰਸਪੋਂਡੈਂਸ ਐਡਰੈਸ ਠੀਕ ਹੈ ਜੀ ਤੁਸੀਂ ਜਿਹੜੇ ਜਿਹੜੇ ਡਾਕੂਮੈਂਟ ਨਾਲ ਅਟੈਚ ਕਰ ਰਹੇ ਹੋ ਉਹ ਤੇ ਐਪਲੀਕੇਸ਼ਨ ਫੀ 100 ਰੁਪਏ ਜਨਰਲ ਵਾਲਿਆਂ ਲਈ 50 ਰੁਪਏ ਐਸਸੀਐਸਟੀ ਵਾਲੇ ਕੈਂਡੀਡੇਟ ਨੇ ਉਹ ਇਹਦੇ ਲਈ ਭਰਨਗੇ ਜੀ। ਔਰ ਇਸ ਦੇ ਵਿੱਚ ਬਾਕੀ ਅਗਰ ਡਿਟੇਲਸ ਦੀ ਗੱਲ ਕਰੀਏ ਜਿਹੜੇ ਵੀ ਡਾਕੂਮੈਂਟਸ ਹੋਣਗੇ ਨਾਲ ਤੁਸੀਂ ਅਟੈਚ ਕਰੋਗੇ ਇੱਕ ਫੋਟੋਕਾਪੀ ਸੈਲਫ ਟੈਸਟਡ ਕਰਕੇ ਨਾਮ ਲਗਾ ਕੇ ਦਿੱਤੇਗੇ ਐਡਰੈਸ ਦੇ ਉੱਪਰ ਤੁਸੀਂ ਸ਼ੇਅਰ ਜਿਹੜਾ ਜੀ ਉਹ ਕਰ ਦੇਵੋਗੇ। ਹੁਣ ਅਸੀਂ ਗੱਲ ਕਰ ਲੈਣੇ ਪੋਸਟਾਂ ਦੇ ਬਾਰੇ ਵਿੱਚ ਜਿਹੜੀਆਂ ਜਿਹੜੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ। ਸਭ ਤੋਂ ਪਹਿਲੀ ਪੋਸ ਜੇ ਅਗਰ ਅਸੀਂ ਗੱਲ ਕਰੀਏ ਉਹ ਆ ਚੁੱਕੀ ਹੈ ਜੀ ਡਾਟਾ ਐਂਟਰੀ ਆਪਰੇਟਰ ਦੀ ਜੋ ਕਿ ਕੰਪਿਊਟਰ ਆਪਰੇਟਰ ਦੀ ਵੀ ਹੁੰਦੀ ਹੈ ਜਿਸ ਦੇ ਵਿੱਚ ਗ੍ਰੈਜੂਏਸ਼ਨ ਜਿਨ੍ਹਾਂ ਨੇ ਕੀਤੀ ਹੋਈ ਹੈ ਕਿਸੇ ਵੀ ਰੈਕੋਗਨਾਈਜ਼ ਬੋਰਡ ਯੂਨੀਵਰਸਿਟੀ ਤੋਂ ਅਪਲਾਈ ਕਰ ਸਕਦੇ ਨੇ ਔਰ ਜਿਨ੍ਹਾਂ ਕੋਲ 120 ਘੰਟੇ ਦਾ ਕੋਰਸ ਹੈਗਾ ਹੈਂਡਸ-ਆਨ ਐਕਸਪੀਰੀਅੰਸ ਹੈ ਪਰਸਨਲ ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ ਆਫਿਸ ਪ੍ਰੋਡਕਟਿਵਿਟੀ ਐਪਲੀਕੇਸ਼ਨ ਡੈਸਕਟਾਪ ਪਬਲਿਸ਼ਿੰਗ ਐਪਲੀਕੇਸ਼ਨਸ ਗਵਰਨਮੈਂਟ ਰੈਕੋਗਨਾਈਜ਼ਡ ਇੰਸਟੀਚਿਊਟ ਤੋਂ ਤਾਂ ਅਪਲਾਈ ਕਰ ਸਕਦੇ ਨੇ ਕੰਪਿਊਟਰ ਇਨਫ ਵੀ 30 ਵਰਡ ਪਰਮਨੈਂਟ ਹੈ ਗਿਆ ਤਾਂ ਅਪਲਾਈ ਕਰ ਪਾਓਗੇ ਜੀ ਨੈਕਸਟ ਅਗਰ ਗੱਲ ਕਰੀਏ ਲੈਬ ਟੈਕਨੀਸ਼ੀਅਨ ਦੀਆਂ ਤਿੰਨ ਪੋਸਟ ਆਊਟ ਕੀਤੀਆਂ ਗਈਆਂ ਨੇ +2 ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਜਿਹਨੇ ਮੈਡੀਕਲ ਸਾਇੰਸ ਦੇ ਨਾਲ ਕੀਤੀ ਹੋਈ ਜਾਂ ਇਸ ਦੇ ਇਕੁਇਵਲੈਂਟ ਕੁਆਲਿਫਿਕੇਸ਼ਨ ਹੈਗੀ ਹੈ ਜਾਂ ਜਿਨ੍ਹਾਂ ਨੇ ਬੀਐਸਸੀ ਐਮਐਲਟੀ ਕੀਤੀ ਹੋਈ ਕਿਸੇ ਵੀ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਉਹ ਵੀ ਅਪਲਾਈ ਕਰ ਸਕਦੇ ਨੇ 2 ਸਾਲ ਦਾ ਐਕਸਪੀਰੀਅੰਸ ਹੈਗਾ ਐਜ਼ ਅ ਲੈਬ ਟੈਕਨੀਸ਼ੀਅਨ ਕਿਸੇ ਵੀ ਰਿਕੋਗਨਾਈਜ਼ ਹਸਪੀਟਲ ਦਾ ਉਹ ਅਪਲਾਈ ਕਰ ਪਾਣਗੇ ਲੈਬ ਟੈਕਨੀਸ਼ੀਅਨ ਨਿਊਰੋਲੋਜੀ ਡਿਪਾਰਟਮੈਂਟ ਦੇ ਵਿੱਚ +2 ਮੈਡੀਕਲ ਸਾਇੰਸ ਦੇ ਨਾਲ ਕੀਤੀ ਹੋਈ ਹੈ ਜਾਂ ਸੇਮ ਐਮਐਲਟੀ ਕੀਤਾ ਹੋਇਆ ਹੈ ਬੀਐਸਸੀ ਦੇ ਵਿੱਚ ਤਾਂ ਤੁਸੀਂ 2 ਸਾਲ ਦਾ ਐਕਸਪੀਰੀਅੰਸ ਹੈਗਾ ਤੁਸੀਂ ਅਪਲਾਈ ਕਰ ਸਕਦੇ ਹੋ ਲੈਬੋਰੀਟ ਮੈਡੀਕਲ ਲੈਬਾਰਟਰੀ ਟੈਕਨੋਲੋਜੀ ਦੇ ਵਿੱਚ ਰੈਗੂਲਰ ਬੇਸਿਸ ਤੇ ਤੁਸੀਂ ਅਪਲਾਈ ਕਰ ਸਕਦੇ ਹੋ 2 ਸਾਲ ਦਾ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਅਪਲਾਈ ਕਰ ਪਾਉਂਗੇ ਸਫਾਈ ਸੇਵਕ ਦੀਆਂ 8 ਵੈਕੈਂਸੀਸ ਨੇ ਜੀ 8ਵੀਂ ਪਾਸ ਕੈਂਡੀਡੇਟ ਨੇ ਅਪਲਾਈ ਕਰ ਸਕਦੇ ਨੇ ਰੀਡਿੰਗ ਰਾਈਟਿੰਗ ਦੇ ਸਕਿਲਸ ਹੋਣੇ ਚਾਹੀਦੇ ਨੇ ਐਨਸਥੀਸੀਆ ਟੈਕਨੀਸ਼ੀਅਨ ਦੀਆਂ ਵੈਕੈਂਸੀਸ ਨੇ ਪਲੱਸ 2 ਪਾਸ ਕੈਂਡੀਡੇਟ ਨੇ ਸਾਇੰਸ ਦੇ ਨਾਲ ਕੀਤੀ ਅਪਲਾਈ ਕਰ ਸਕਦੇ ਨੇ ਬੀਐਸਸੀ ਕੀਤੀ ਹੋਈ ਐਨਸਥੀਸੀਆ ਟੈਕਨੋਲੋਜੀ ਦੇ ਵਿੱਚ ਤਾਂ ਵੀ ਅਪਲਾਈ ਕਰ ਪਾਣਗੇ ਜੀ 2 ਸਾਲ ਦਾ ਐਕਸਪੀਰੀਅੰਸ ਮੰਗੇ ਰੈਲੇਵੈਂਟ ਫੀਲਡ ਦਾ ਓਟੀਏ ਦੀ ਵੈਕੈਂ ਬੀਐਸਸੀ ਆਪਰੇਸ਼ਨ ਥੀਏਟਰ ਟੈਕਨੋਲੋਜੀ ਨੇ ਕੀਤੀ ਹੋਈ ਕਿਸੇ ਵੀ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ ਤਾਂ ਵੀ ਅਪਲਾਈ ਕਰpanਗੇ 2 ਸਾਲ ਦਾ ਐਕਸਪੀਰੀਅੰਸ ਰੈਲੇਵੈਂਟ ਡਿਸਪਲਿਨ ਦਾ ਵਾਰਡਨ ਫੀਮੇਲ ਦੀ ਵੈਕੈਂਸੀਜ਼ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਹੋਮ ਸਾਇੰਸ ਦੇ ਨਾਲ ਕਿਸੇ ਵੀ ਰਿਕੋਗਨਾਈਜ਼ਡ ਬੋਰਡ ਤੋਂ ਮਿਨਿਮਮ ਐਕਸਪੀਰੀਅੰਸ 2 ਸਾਲ ਦਾ ਹੈਗਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਈਸੀਜੀ ਟੈਕਨੀਸ਼ੀਅਨ ਦੀ ਇੱਕ ਵੈਕੈਂਸੀ ਹੈ ਪਲੱਸ 2 ਵਾਲੇ ਕੈਂਡੀਡੇਟ ਐਲੀਜੀਬਲ ਨੇ ਬੈਚਲਰ ਡਿਗਰੀ 50% ਮਾਰਕਸ ਦੇ ਨਾਲ ਕੀਤੀ ਹੈ ਵੀ ਕਿਸੇ ਵੀ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ 1 ਸਾਲ ਦਾ ਡਿਪਲ ਤਾਂ ਅਪਲਾਈ ਕਰ ਸਕਦੇ ਹੋ 2 ਸਾਲ ਦਾ ਰੈਲੇਵੈਂਟ ਡਿਸਪਲਿਨ ਚ ਤੁਹਾਡਾ ਜਿਹੜਾ ਜੀ ਐਕਸਪੀਰੀਅੰਸ ਮੰਗਿਆ ਗਿਆ ਹੈ ਉਸ ਤੋਂ ਬਾਅਦ ਲਾਂਡਰੀ ਸਰਵਿਸ ਅਸਿਸਟੈਂਟ ਦੀ ਵੈਕੈਂਸੀ ਇੱਕ ਹੈ ਜਿਹਦੇ ਚ ਪਲੱਸ 2 ਵਾਲੇ ਕੈਂਡੀਡੇਟ ਜਾਂ ਜਿਨ੍ਹਾਂ ਨੇ ਕੀਤੀ ਹੋਈ ਹੈ ਬੀਐਸਸੀ ਓਟੀਏ ਦੇ ਵਿੱਚ ਜਾਂ ਓਟੀਟੀ ਦੇ ਵਿੱਚ ਕੀਤੀ ਹੋਈ ਤਾਂ ਅਪਲਾਈ ਕਰ ਸਕਦੇ ਹੋ ਜਾਂ ਡਿਪਲੋਮਾ ਕੀਤਾ ਓਟੀਏ ਜਾਂ ਓਟੀਟੀ ਦੇ ਵਿੱਚ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਸਿਕਿਉਰਿਟੀ ਗਾਰਡ ਜੀ 37 ਵੈਕੈਂਸੀਜ਼ ਨੇ ਜਿਹੜੇ ਐਕ ਸਰਵਿਸਮੈਨ ਨੇ ਗੁੱਡ ਸਰਵਿਸ ਰਿਕਾਰਡ ਨਾਲ ਉਹ ਵੀ ਅਪਲਾਈ ਕਰ ਸਕਦੇ ਨੇ ਗਾਰਡਸ ਜਿਹੜੇ ਨੇ ਕੁਆਲੀਫਾਈ ਐਜ਼ ਅ ਪੀ ਐਸ ਏ ਆਰ ਏ ਤਾਂ ਉਹ ਵੀ ਅਪਲਾਈ ਕਰ ਐਕਸਪੀਰੀਅੰਸ ਹੈ ਕਿ ਐਟਲੀਸ 5 ਸਾਲ ਦਾ ਕਿਸੇ ਬ੍ਰੀਪਿਊਟਿਡ ਇੰਸਟੀਚਿਊਟ ਆਰਗੇਨਾਈਜੇਸ਼ਨ ਦਾ ਏਜ ਉਹਨਾਂ ਦੀ 40 ਤੋਂ 50 ਸਾਲ ਦੇ ਵਿੱਚ ਹੈਗੀ ਹੈ ਤਾਂ ਉਹ ਇਹਦੇ ਲਈ ਅਪਲਾਈ ਉਹ ਕਰ ਸਕਦੇ ਨੇ ਜੀ ਐਪਲੀਕੇਸ਼ਨ ਫਾਰਮ ਨਾਲ ਹੀ ਅਟੈਚ ਕੀਤਾ ਹੋਇਆ ਹੈ ਜੀ ਇਹ ਨੋਟੀਫਿਕੇਸ਼ਨ ਜਿਹੜਾ ਬਾਬਾ ਫਰੀ ਯੂਨੀਵਰਸਿਟੀ ਹੈਲਥ ਸਾਇੰਸ ਵੱਲੋਂ ਆਊਟ ਕੀਤਾ ਗਿਆ ਹੈ ਐਪਲੀਕੇਸ਼ਨ ਜਿਹੜੀਆਂ ਨੇ 25 6 2022 ਤੱਕ ਜਿਹੜੀਆਂ ਨੇ ਮੰਗਵਾਈਆਂ ਗਈਆਂ ਨੇ ਜਲਦੀ ਨਾਲ ਤੁਸੀਂ ਇਹਦੇ ਲਈ ਅਪਲਾਈ ਕਰ ਦੇਣਾ ਜੀ ਡਿਮਾਂਡ ਡਰਾਫਟ ਜਿਹੜਾ ਹੈ ਬੀ ਐਫ ਯੂ ਐਚ ਐਸ ਦੇ ਤੁਸੀਂ ਫੇਵਰ ਚ ਜਿਹੜਾ ਫਰੀਦਕੋੜ ਦੇ ਫੇਵਰ ਚ ਪੇ ਕਰੋਗੇ ਬਾਕੀ ਸਾਰੀ ਡ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ